ਪੰਜਾਬ ਕੀ ਸਾਰੀ ਦੇਸ਼ ਦੀ ਪੁਲਿਸ ਹੈ ਜਿਹੜੀ, ਜੇ ਵੀ ਲੱਗ ਜੇ ਤਾਂ ਲੋਕਾਂ ਦੇ ਜੰਗਲ ਦੇ ਵਿੱਚੋਂ ਕਿਸੇ ਨੂੰ ਫੜ ਨਹੀਂ ਸਕਦੇ ਹੁੰਦੀ। ਰਾਖੀ ਕਰਾਂਗੇ ਤੇ ਪੁਲਿਸ ਨੂੰ ਕਹਾਂਗੇ ਦਿੱਲੀ ਨੂੰ ਵੀ ਆਹ ਤੇ ਤੁਹਾਡੇ ਦਿੱਲੀ ਤੁਹਾਡੇ ਬਾਰਡਰ ਤੇ ਆ ਗਏ ਦਿੱਲੀ ਪੁਲਿਸ ਦੇ, ਇੱਥੇ ਆ ਕੇ ਤੁਸੀਂ ਜੇ ਗ੍ਰਿਫਤਾਰ ਕਰਨਾ ਤਾਂ ਕਰ ਲਓ। ਮੈਨੂੰ ਨਹੀਂ ਲੱਗਦਾ ਵੀ ਉਹ ਧਰਨੇ ਦੇ ਵਿੱਚ ਪੁਲਿਸ ਜ਼ੁਰਤ ਕਰੂਗੀ। ਦਾਅਵੇ ਨਾਲ ਗੱਲ ਕਹਿੰਦੇ ਆ ਤੇ ਲੱਖੇ ਨੂੰ ਵੀ ਕਹਿੰਦੇ ਆ ਵੀ ਬੇਝਿਜਕ ਹੋ ਕੇ ਆਪਦੇ ਨੌਜਵਾਨਾਂ ਨੂੰ ਲੈ ਕੇ ਉਹ ਦਿੱਲੀ ਆ ਜੇ ਭਾਵੇਂ। ਪਿਛਲੇ ਦਿਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਜੋ ਦਿੱਲੀ ਮੋਰਚਾ ਚੱਲ ਰਿਹਾ ਉਸ ਨਾਲ ਜੁੜ ਕੇ ਅਤੇ ਨੌਜਵਾਨਾਂ ਦੇ ਉਹਦੇ ਵਿੱਚ ਸ਼ਮੂਲੀਅਤ ਨਾਲ ਜੁੜ ਕੇ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਵੀ ਹਰ ਤਰ੍ਹਾਂ ਦੇ ਮੀਡੀਆ ਦੇ ਵਿੱਚ ਇਹ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ। ਖਾਸ ਕਰਕੇ ਉਹਦੇ ਵਿੱਚ ਨੌਜਵਾਨ ਆਗੂ ਲੱਖਾ ਸਿੰਘ ਸਧਾਣਾ ਦੀ ਗ੍ਰਿਫਤਾਰੀ ਨਾਲ ਜੋੜ ਕੇ ਵੀ ਚਰਚਾ ਚੱਲ ਰਹੀ ਹੈ ਵੀ ਉਹਦੇ ਗ੍ਰਿਫਤਾਰੀ ਦੀ ਖਾਤਰ 1,00,000 ਰੁਪਏ ਦਾ ਨਾਮ ਰੱਖਿਆ ਅਤੇ ਦਿੱਲੀ ਪੁਲਿਸ ਅਤੇ ਸਮੇਤ ਪੰਜਾਬ ਦੀ ਪੁਲਿਸ ਉਸ ਨੂੰ ਫੜ ਸਕਦੀ ਹੈ। ਇਹਦੇ 'ਤੇ ਮੇਰਾ ਤਾਂ ਘੱਟੋ ਘੱਟ 40 ਸਾਲ ਦਾ ਤਜਰਬਾ ਹੈਗਾ ਆਪਦਾ ਖੁਦ ਦਾ, ਬਾਕੀ ਆਪਣਾ ਪੰਜਾਬ ਦਾ ਪੁਰਾਣਾ ਇਤਿਹਾਸ ਦਾ ਤਜਰਬਾ ਗਦਰੀ ਬਾਬਿਆਂ ਦਾ ਹੋਰ ਜਿਹੜੇ ਕ੍ਰਾਂਤੀਕਾਰੀ ਆਗੂਆਂ ਦਾ ਵੀ ਇੱਕ ਤਾਂ ਜੰਗਲ ਹੁੰਦੇ ਆ ਲੁਕਣ ਦੀ ਖਾਤਰ ਕਿਸੇ ਆਗੂ ਨੂੰ ਰੂਹ ਪੋਸ਼ ਹੋਣ ਦੀ ਖਾਤਰ, ਜਿਹੜੇ ਕੁਦਰਤੀ ਜੰਗਲ ਹੈ ਦਰੱਖਤਾਂ ਵਾਲਾ ਜੰਗਲ ਹੁੰਦਾ, ਇੱਕ ਹੁੰਦਾ ਲੋਕਾਂ ਦਾ ਜੰਗਲ ਜਿਹੜੇ ਆਗੂ ਦੀਆਂ ਲੋਕਾਂ 'ਚ ਜੜਾਂ ਹੋਣ, ਲੋਕਾਂ 'ਚ ਪ੍ਰਭਾਵ ਹੋਣ ਜਾਂ ਨੌਜਵਾਨਾਂ 'ਚ ਪ੍ਰਭਾਵ ਹੋਣ। ਅਸਲ ਵਿੱਚ ਮੈਂ ਕਹਿੰਦਾ ਸਾਰੀ ਪੰਜਾਬ ਕੀ ਸਾਰੀ ਦੇਸ਼ ਦੀ ਪੁਲਿਸ ਹੈ ਜਿਹੜੀ, ਜੇ ਵੀ ਲੱਗ ਜੇ ਤਾਂ ਲੋਕਾਂ ਦੇ ਜੰਗਲ ਦੇ ਵਿੱਚੋਂ ਕਿਸੇ ਨੂੰ ਫੜ ਨਹੀਂ ਸਕਦੇ ਹੁੰਦੀ। ਇਹ ਮੇਰਾ ਖੁਦ ਦਾ ਤਜਰਬਾ ਵੀ ਹੈ ਅਤੇ ਪੰਜਾਬ ਦਾ ਇਤਿਹਾਸ ਵੀ ਹੈ। ਮੇਰੇ 'ਤੇ ਕਿੰਨੇ ਵਾਰੀ ਵਾਰੰਟ ਹੋਏ ਆ, ਜੇਠੂ ਕੇ ਗੋਲੀਕਾਂਡ ਵੇਲੇ ਵਾਰੰਟ ਮੇਰੇ ਨਿਕਲੇ ਹੈ, ਮੈਸਰਖਾਨੇ ਦੇ ਗੋਲੀਕਾਂਡ ਵੇਲੇ ਵਾਰੰਟ ਨਿਕਲੇ ਹੈ। ਖਾਸ ਕਰਕੇ ਜਦੋਂ ਜੇਠੂ ਕੇ ਦਾ ਗੋਲੀਕਾਂਡ ਹੋਇਆ ਉਦੋਂ ਮੇਰੇ 'ਤੇ 307 ਦਾ ਪਰਚਾ ਸੀ ਅਤੇ ਪੁਲਿਸ ਹੈ ਜਿਹੜੀ ਪੈੜਾਂ ਸੁੰਘਦੀ ਫਿਰਦੀ ਸੀ, ਪਰ ਅਸੀਂ ਲਲਕਾਰ ਕੇ ਉਦੋਂ ਰਾਮਪੁਰੇ ਸ਼ਹਿਰ ਦੇ ਵਿੱਚ ਕੀਤੀ ਸੀਗੀ ਰੈਲੀ, ਜਿਵੇਂ ਹੁਣ ਮਹਾਰਾਜ ਰੈਲੀ ਹੋਈ ਹੈ ਵੀ ਉੱਥੇ ਸੁਰਜੀਤ ਕੂਲ ਆ ਕੇ ਬੋਲੂਗਾ ਅਤੇ ਵੀ ਆ ਕੇ ਇਹੋ ਜਿਹੇ ਫੜਨਾ ਤਾਂ ਫੜ ਲਓ, ਪਰ ਉਹ ਨਹੀਂ ਫੜ ਸਕਦੇ। ਇਸ ਕਰਕੇ ਲੋਕਾਂ ਦੇ ਜੰਗਲ 'ਚ ਜਿਹੜਾ ਲੱਖਾ ਹੈਗਾ ਉਹ ਲੁਕਿਆ ਹੋਇਆ ਜਾਂ ਉਹਦੀ ਛਤਰ ਛਾਇਆ ਥੱਲੇ ਹੈਗਾ, ਅਤੇ ਮੈਂ ਦਾਅਵੇ ਨਾਲ ਕਹਿਣਾ ਬਈ ਆਪਦੇ ਆਪ ਬੇਸ਼ੱਕ ਲੱਖਾ ਪੇਸ਼ ਹੋ ਜੇ ਤਾਂ ਸਰਕਾਰ ਉਹਨੂੰ ਐਲਾਨ ਵੀ ਕਰਦੇ ਉਹ ਵੀ ਮੈਂ ਫਲਾਨੇ ਇਕੱਠ ਦੇ ਵਿੱਚ ਆਊਂਗਾ। ਜਿੰਨਾ ਮਰਜ਼ੀ ਸਰਕਾਰ ਜਾਂ ਪੁਲਿਸ ਯਤਨ ਕਰ ਲਏ ਉਹ ਜਿਹੜੇ ਲੋਕਾਂ ਦਾ ਜਿਹੜੇ ਇਕੱਠ ਦੇ ਵਿੱਚੋਂ ਅੱਜ ਤੱਕ ਪੁਲਿਸ ਨਾ ਫੜ ਸਕੀ ਹੈ ਨਾ ਫੜਨੀ ਹੈ। ਹੁਣ ਜਿੱਥੋਂ ਤੱਕ ਦਿੱਲੀ ਵਾਲਾ ਇਕੱਠ ਹੈਗਾ, ਦਿੱਲੀ ਵਾਲਾ ਧਰਨਾ ਹੈਗਾ, ਉਹਦੇ ਬਾਰੇ ਵੀ ਗੱਲ ਚੱਲ ਰਹੀ ਹੈ ਵੀ ਨੌਜਵਾਨ ਕਹਿ ਰਹੇ ਆ ਵੀ ਅਸੀਂ ਇਕੱਠੇ ਹੋ ਕੇ ਉੱਥੇ ਲੈ ਕੇ ਜਾਵਾਂਗੇ ਅਤੇ ਉਹਦੀ ਰਾਖੀ ਕਰਾਂਗੇ ਅਤੇ ਪੁਲਿਸ ਨੂੰ ਕਹਾਂਗੇ ਦਿੱਲੀ ਨੂੰ ਵੀ ਆਹ ਤੇ ਤੁਹਾਡੇ ਦਿੱਲੀ ਤੁਹਾਡੇ ਬਾਰਡਰ 'ਤੇ ਆ ਗਏ ਦਿੱਲੀ ਪੁਲਿਸ ਦੇ, ਇੱਥੇ ਆ ਕੇ ਤੁਸੀਂ ਜੇ ਗ੍ਰਿਫਤਾਰ ਕਰਨਾ ਤਾਂ ਕਰ ਲਓ। ਮੈਨੂੰ ਨਹੀਂ ਲੱਗਦਾ ਵੀ ਉਹ ਧਰਨੇ ਦੇ ਵਿੱਚ ਪੁਲਿਸ ਜ਼ੁਰਤ ਕਰੂਗੀ, ਅਤੇ ਮੈਂ ਯਕੀਨ ਦਿਵਾਉਣਾ ਜੇ ਨੌਜਵਾਨਾਂ ਦਾ ਕਿਸੇ ਪ੍ਰੋਗਰਾਮ ਬਣਦਾ ਵੀ ਉਹ ਲਿਆਉਣ। ਅਸੀਂ ਆ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਫੋਰਸ ਹੈ, ਉਹ ਨੌਜਵਾਨਾਂ ਦੇ ਨਾਲ ਡਟ ਕੇ ਖੜੂਗੀ ਰਸਤੇ 'ਚ, ਬੇਸ਼ੱਕ ਉਹਨੂੰ ਕਿਸਾਨ ਨੂੰ ਲੱਖੇ ਨੂੰ ਆਉਂਦੇ ਜਾਂਦੇ ਨੂੰ ਗ੍ਰਿਫਤਾਰ ਕਰ ਲਏ। ਮੈਂ ਯਕੀਨ ਦਿਵਾਉਣਾ ਵੀ ਉਹ ਦਿੱਲੀ ਧਰਨੇ ਦੇ ਵਿੱਚੋਂ ਬਾਰਡਰ 'ਤੇ ਜੋ ਦਿੱਲੀ ਆਪਣਾ ਕੁੰਡਲੀ ਬਾਰਡਰ ਹੈ ਜਾਂ ਦੂਜਾ ਬਾਰਡਰ ਹੈ ਉਹ ਧਰਨੇ ਦੇ ਵਿੱਚੋਂ ਉਹ ਪੁਲਿਸ ਨਾ ਜ਼ੁਰਤ ਕਰੇ ਅਤੇ ਨਾ ਕਿਸਾਨ ਹੈ ਨੌਜਵਾਨ ਉਹਨੂੰ ਫੜ ਦੇਣ। ਇਹ ਠੀਕ ਹੈ ਵੀ ਫਿਰ ਜਦ ਵੱਡੇ ਕੋਈ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਪੁਲਿਸ ਨੂੰ ਲਿਆ ਕੇ ਤਾਂ ਬੇਸ਼ੱਕ ਦੀ ਗ੍ਰਿਫਤਾਰ ਕਰ ਲੈਣ, ਸਾਰੇ ਕਿਸਾਨਾਂ ਨੂੰ ਕੁੱਟ ਕੇ ਲੋਕਾਂ ਦੀਆਂ ਲੱਤਾਂ ਤੋੜ ਕੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਰਲੇ ਪੈਰੀ ਆ ਜਿਹੜੀ ਹੈਗੀ ਹੈ ਉਹ ਪੁਲਿਸ ਨੂੰ ਉੱਥੇ ਗ੍ਰਿਫਤਾਰ ਨਹੀਂ ਕਰ ਸਕੂਗੀ ਅਤੇ ਨਾ ਅਸੀਂ ਕਰ ਦੇ। ਇਹ ਮੈਂ ਇਹ ਜਿਹੜੀ ਚਰਚਾ ਚੱਲ ਰਹੀ ਹੈ ਉਹਦੇ ਚਰਚਾ ਦੇ ਸਵਾਲਾਂ ਨੂੰ ਸੰਬੋਧਿਤ ਹੋ ਕੇ ਇਹ ਗੱਲ ਮੈਨੂੰ ਲੱਗਿਆ ਵੀ ਕਹਿਣੀ ਚਾਹੀਦੀ ਹੈ ਅਤੇ ਇਹ ਗੱਲ ਸੱਚਾਈ ਹੈ ਵੀ ਪੁਲਿਸ ਹੈ ਜਿਹੜੀ ਉਹ ਇਕੱਠ ਦੇ ਵਿੱਚੋਂ ਨਹੀਂ ਫੜ ਸਕੂਗੀ ਅਤੇ ਅਸੀਂ ਉਹਦੇ ਦਾਅਵੇ ਨਾਲ ਗੱਲ ਕਹਿੰਦੇ ਹਾਂ ਅਤੇ ਲੱਖੇ ਨੂੰ ਵੀ ਕਹਿੰਦੇ ਹਾਂ ਵੀ ਬੇਝਿਜਕ ਹੋ ਕੇ ਆਪਦੇ ਨੌਜਵਾਨਾਂ ਨੂੰ ਲੈ ਕੇ ਉਹ ਦਿੱਲੀ ਆ ਜੇ ਭਾਵੇਂ। ਧੰਨਵਾਦ।